नमस्कार दोस्तों, बेस बंसल आरबी मीडिया में आपका स्वागत कर रहा हूँ। फाजिलका के सिविल अस्पताल में पहुंचा हुआ हूँ। यहाँ पर गांव महुआना बोदला के कुछ लोगों को भर्ती करवाया गया है। इनका आरोप है कि गांव के ही कुछ लोगों द्वारा इन पर हमला कर दिया गया, जिस पर ये घायल हो गए। आपको बता दें कि गांव महुआना बोदला में एक युवक की शादी करके परिवार उसके कार व्यार कर रहा था कि इतने में गांव के ही कुछ युवक शराब के नशे में धुत होकर डीजे चलाने की मांग करने लगे, जिस पर परिवार द्वारा रोकने पर हाथापाई शुरू हो गई, जिसमें दूल्हे समेत 5 लोग घायल हो गए हैं। घायलों में एक व्यक्ति को फरीदकोट रेफर किया गया है, 6 सभी को फाजिलका के सिविल अस्पताल में भर्ती करवाया गया है। देखिए किस प्रकार से यह मामला सामने आया है। आरबी लाइव मीडिया पर आपको लाइव कवरेज दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਜਸਮੇਰ ਸਿੰਘ ਮਹੂਵਾਲਾ ਪਿੰਡ ਬੋਦਲਾ, ਬਲਵੀਰ ਸਿੰਘ ਦਾ ਪੁੱਤਰ। ਕੀ ਗੱਲ ਹੋਈ ਹੈ ਜੀ? ਅਸੀਂ ਡੋਲੀ ਲੈ ਕੇ ਆਏ ਸੀਗੇ ਘਰੇ, ਬੁੜੀਆਂ ਪਾਣੀ ਪੂਣੀ ਵਾਰਦੀਆਂ ਸੀ, ਅਤੇ ਉਹ ਕਹਿੰਦੇ ਡੀਜੇ ਚਲਾਓ। ਅਸੀਂ ਆਖਿਆ ਖੈਰ ਕੇ ਚਲਾਉਂਦੇ ਹਾਂ, ਘਰੇ ਗਏ ਆ ਅਤੇ ਮੈਸਰੇ ਬਣਾ ਕੇ ਆ ਗਏ। ਸਾਰਿਆਂ ਦੇ ਹੱਥਾਂ 'ਚ ਕਿਸੇ ਕਸੀਏ, ਕਿਸੇ ਦੇ ਤਕੂਏ, ਕਿਸੇ ਦੇ ਖੋਲ, ਕਿਸੇ ਦੇ ਕਿਰਪਾਨਾ, ਕਿਸੇ ਦੇ ਹੱਥਾਂ 'ਚ ਵੱਟੇ ਆ ਕੇ ਡਹੀ ਪਏ ਕੁੱਟਣ ਸਾਨੂੰ ਜੀ। ਮੈਨੂੰ ਤਾਂ ਖਰੀਦ ਕੇ ਲੈ ਗਏ ਬਾਹਰ ਦੂਰ 'ਤੇ। ਮੇਰੀ ਜੇਬ 'ਚ ਵੀ 1000 ਰੁਪਈਆ ਸੀ, ਉਹ ਵੀ ਕੱਢ ਲੱਗੇ। ਕੌਣ ਸੀ ਉਹ ਬੰਦੇ ਜੀ? ਸਾਡੇ ਜੀ ਪਿੰਡ ਦੇ ਹੀ ਬੰਦੇ ਸੀਗੇ। ਕੀ ਨਾਂ ਸੀ ਜੀ ਉਹਨਾਂ ਦੇ? ਨਾਂ ਜੀ ਇੱਕ ਦਾ ਸੀਗਾ ਕੁਲਵੰਤ ਸਿੰਘ ਦੇ ਮੁੰਡੇ ਦੋ ਸੀਗੇ ਜੀ, ਇੱਕ ਪਾਲ ਸਿੰਘ ਦੇ ਮੁੰਡੇ ਦੋ ਸੀਗੇ। ਅੱਛਾ ਜੀ। ਇੱਕ ਲਖਵੀਰ ਸਿੰਘ ਦੇ 3 ਮੁੰਡੇ ਸੀਗੇ, ਇੱਕ ਜੋਰੇ ਸਿੰਘ ਦਾ ਇੱਕ ਮੁੰਡਾ ਸੀਗਾ। ਅੱਛਾ ਜੀ। ਹੁਣ ਕੀ ਮੰਗ ਕਰ ਰਹੇ ਹੋ ਤੁਸੀਂ? ਮੰਗ ਇਹੀ ਸਾਡੀ ਤਾਂ ਚਾਰ ਚੌਂਕ ਕਿਸੇ ਨੇ ਸੁਣਾਈ ਨਹੀਂ, ਇੱਥੇ ਸੁਣੀ ਕਿਸੇ ਨੇ ਗੱਲ ਨਹੀਂ ਸੁਣੀ। ਇੱਥੇ ਪਰਚਾ ਪੁਰਚਾ ਵੀ ਵਾਲੇ ਨਹੀਂ, ਉੱਥੇ ਦਰਜ ਹੋਇਆ ਜਾ ਕੇ ਜੀ। ਹੁਣ ਕੀ ਮੰਗ ਕਰ ਰਹੇ ਹੋ? ਮੰਗ ਇਹ ਸਾਡੀ ਸੁਣਾਈ ਹੋ ਜਾਵੇ, ਇੰਨੀ ਬੜੀ ਹੈ। ਹਰਜਿੰਦਰ ਸਿੰਘ। ਹਰਜਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮਾਂ ਵਾਲੇ ਬੋਲ ਰਹੇ। ਕੀ ਗੱਲ ਹੋਈ ਹੈ? ਕੁਛ ਨਹੀਂ, ਮੈਂ ਸੇਵਾ ਨੂੰ ਲਾ ਕੇ ਅਤੇ ਨਾਲ ਬਾਹਰ ਨਿਕਲੇ ਉੱਚੀ ਬੋਲ ਬਾਹਰ ਨਿਕਲੇ ਅਤੇ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਜਾ ਕੇ ਉਹਨਾਂ ਨੇ ਖੜਾ ਸੀ ਅਤੇ ਉਹਨਾਂ ਨੇ ਕੀ ਕਿਹਾ ਕਿ ਮੈਂ ਕਿਹਾ ਛੱਡੋ, ਪਰ ਉਹਨਾਂ ਨੇ ਮੇਰੇ ਕੜਾਸਾ ਮਾਰਿਆ ਮੱਥੇ 'ਚ। ਮੈਨੂੰ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ। ਅੱਛਾ, ਤੁਹਾਡਾ ਵਿਆਹ ਸੀ? ਹਾਂਜੀ। ਅਤੇ ਤੁਹਾਨੂੰ ਗੱਲ ਦਾ ਨਹੀਂ ਪਤਾ ਵੀ ਕੀ ਗੱਲ ਹੋਈ ਹੈ, ਕੀ ਕਿਸ ਪਿੱਛੋਂ ਲੜਾਈ ਹੋਈ ਹੈ? 60 ਵੱਜ ਗਈ, ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਿਆ ਕੀ ਗੱਲ ਬਣੀ। ਉਦੋਂ ਬਾਹ ਆਮ ਛੱਤ ਦੇ ਬੰਦੇ ਸੀਗੇ, ਕੋਈ ਪਤਾ ਨਹੀਂ ਲੱਗਿਆ। ਕਿੰਨੇ ਕੁ ਬੰਦੇ ਸੀ? ਤੁਹਾਡੇ ਕੋਲ 20-30-40 ਬੰਦੇ ਸੀ ਜੀ। ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਮੰਗ ਇਹ ਕਰ ਰਹੇ ਹਾਂ ਵੀ ਸਾਨੂੰ ਹੁਣ ਇਨਸਾਫ ਚਾਹੀਦਾ, ਤੁਹਾਨੂੰ ਸਜ਼ਾ ਦਵਾਈ ਚਾਹੀਦੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਰਾਮਵੀਰ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮਾਹੌਲ। ਕੀ ਗੱਲ ਹੋਈ ਹੈ ਜੀ? ਸਾਡੇ ਮੁੰਡਾ ਵਿਆਹ ਕੇ ਗਈ ਸੀ, ਮੈਂ ਸ਼ਗਨ ਵਿਹਾਰ ਕਰਨ ਲਾ ਕੇ ਅਤੇ ਮੈਂ ਪਾਣੀ ਵਾਰ ਲਾ ਕੇ, ਮੁੰਡੇ ਆ ਕੇ ਕਹਿੰਦੇ ਡੀ ਜੇ ਲਾ ਦੇ, ਅਸੀਂ ਕਿਹਾ ਵਿਹਾਰ ਕਰ ਕੇ ਫਿਰ ਲਾ ਦਿੰਦੇ ਹਾਂ। ਇਹਨਾਂ ਨੇ ਮੁੜ ਕੇ ਕਿਹਾ ਵੀ ਅਸੀਂ ਹੁਣੇ ਲਾਉਣੇ, ਸਿੱਖਾ ਵੀ ਨਹੀਂ ਹਜੇ ਨਹੀਂ ਲਾਉਣੇ ਵਿਹਾਰ ਕਰ ਕੇ। ਬਾਹਰੋਂ ਆਏ ਦਵਾ ਦੋ ਅਤੇ ਇਹਨਾਂ ਨੂੰ ਦਹੀ ਪਏ ਆ ਕੇ ਦਵਾ ਦੋ, ਪਤਾ ਨਹੀਂ ਲੱਗਾ ਸਾਨੂੰ ਕਿਹੜੀ ਗੱਲ ਪਸੰਦ ਜੀ। ਫਿਰ ਹੁਣ ਤੁਸੀਂ ਉਹਦੇ ਕੇ ਕੋ ਕਿੰਨੇ ਕਿੰਨੇ ਸੱਟਾਂ ਵੱਜੀਆਂ ਜੀ? ਸੱਟਾਂ ਇੱਕ ਤਾਂ ਮੇਰੇ ਮੁੰਡੇ ਦੇ ਵੱਜੀਆਂ, ਇੱਕ ਮੇਰੇ ਪਤੀ ਦੇ ਵੱਜੀਆਂ, ਇੱਕ ਮੇਰੇ ਜੇਠ ਦੇ ਮੁੰਡੇ ਦੇ ਵੱਜੀਆਂ, ਅਤੇ ਮੇਰੇ ਭਰਾ ਦੇ ਮਾਰ ਕੇ ਗਏ, ਅਤੇ ਮੇਰੀਆਂ ਬਾਹਾਂ 'ਤੇ ਮਾਰ ਕੇ ਗਏ। ਹਾਂ, ਦੋਵਾਂ ਬਾਹਾਂ ਮੇਰੇ ਨਾਲ ਮੁੰਡੇ ਨਾਲ ਦੱਬ ਕੇ ਮਾਰੇ, ਅਤੇ ਫਿਰ ਸਾਡੀ ਸੁਣਾਈ ਨਹੀਂ ਹੋਈ ਸੀ, ਸਾਨੂੰ ਇੱਥੇ ਪੈ ਜਾਂਦੇ ਸੀ, ਸਾਡੀ ਕੱਦ ਨਹੀਂ ਸੁਣਾਈ ਹੁੰਦੀ ਸੀ, ਸਾਡੇ ਨਾਲ ਇੰਨਾ ਵੀ ਮਾਰ ਕੁੱਟ ਕੇ ਸਾਡੀ ਹਜੇ ਸੁਣਾਈ। ਹੁਣ ਕੀ ਮੰਗ ਕਰਦੇ ਹੋ? ਸਾਡੀ ਮੰਗ ਸਾਡੀ ਸੁਣਾਈ ਹੋਣੀ ਚਾਹੀਦੀ, ਕਾਹ ਤੋਂ ਸਾਡੀ ਸੁਣਾਈ ਹੁੰਦੀ ਸਾਨੂੰ। ਹਾਂਜੀ, ਕੀ ਨਾਂ ਜੀ ਤੁਹਾਡਾ? ਗੁਰਜੀਤ ਸਿੰਘ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਜੀ? ਬ੍ਰਹਮਲਵਾਨਾ ਬਜਕਰ ਬਸਤੀ। ਕੀ ਗੱਲ ਹੋਈ ਹੈ? ਇੱਧਰ ਅਸੀਂ ਇਸ ਤਰ੍ਹਾਂ ਮੇਰਾ ਭਾਂਦਾ ਹੈ, ਸ਼ਾਦੀ ਹੋਈ ਸੀ, ਜਦੋਂ ਅਸੀਂ ਬਰਾਤ ਤੋਂ ਆਏ ਹਾਂ, ਫਿਰ ਅਸੀਂ ਲੜਕੀ ਨੂੰ ਉਤਾਰਿਆ, ਇਹ ਪਾਣੀ ਦੇ ਬਾਹਰ ਨਾ ਬੋਲਣਾ ਚਾਹੁੰਦਾ ਜੀ ਜੀ ਹੁਣ ਤਾਂ ਇਹ ਦੀਵੇ ਲਾ ਦਿਓ, ਜਿਹਦਾ ਵੀ ਸਾਡਾ ਆਪਦਾ ਕਾਰੋਬਾਰ ਕਰ ਲੈਂਦੇ, ਰਿਪੇਅਰ ਕਰਦੇ ਹਾਂ, ਉਸ ਤੋਂ ਬਾਅਦ ਲਾ ਲਿਆ। ਉਹਨਾਂ ਸਭ ਕਿਹਾ ਗਿਆ ਸੀ ਕਿਹਾ ਮਿੰਤਰ ਲਾ ਕਰਕੇ ਤੋੜ ਤਿਆ, ਉਸ ਤੋਂ ਬਾਅਦ ਉਹ ਤਿਆਰ ਤੁਰ ਗਿਆ, ਆਉਣ ਸਾਰੀ ਹਾਂ ਕਿ ਉਹਨਾਂ ਨੇ ਸੋਚ ਮਚਾਉਂਦਾ, ਜਿਹੜਾ ਮੂਹਰੇ ਆਉਂਦਾ ਸੀ ਉਸੇ ਨਾਲ ਮਾਰਦੇ। ਸ਼ਰਾਬ ਵਗੈਰਾ ਪੀਤੀ ਸੀਗੀ ਉਹਨਾਂ ਨੇ? ਕਿਹੜੀ? ਉਹ ਮੁੰਡਿਆਂ ਨੇ ਸ਼ਰਾਬ ਤਾਂ ਉਹਨਾਂ ਦੀ ਸਾਰਿਆਂ ਦੀ ਪੀਤੀ ਸੀ। ਅੱਛਾ। ਆਉਣ ਸਾਰ ਆ ਕੇ ਪਹਿਲਾਂ ਸਾਡੇ ਬਰਤਨ ਪਏ ਸੀ, ਬਰਤਨ ਤਿਆਰ ਲਾ ਕੇ ਕੁਛ ਤੋੜ ਤਿਆ, ਕਦੇ ਕਿੱਧਰ ਛੱਡਦਾ ਕਦੇ ਕਿੱਧਰ ਛੱਡਦਾ, ਜੇ ਅਸੀਂ ਰੋਕਣ ਲੱਗੇ ਤਾਂ ਅੰਮ੍ਰਿਤ ਸਾਰੇ ਕੋਲ। ਹੁਣ ਕੀ ਮੰਗ ਕਰ ਰਹੇ ਹੋ ਤੁਸੀਂ? ਸਾਨੂੰ ਇਹੀ ਸਾਡਾ ਇਨਸਾਫ ਹੋਣਾ ਚਾਹੀਦਾ। ਨਾਂ ਜੀ ਤੁਹਾਡਾ? ਮੇਰਾ ਨਾਂ ਗੁਰਪ੍ਰੀਤ ਹੈ ਜੀ। ਗੁਰਪ੍ਰੀਤ ਜੀ, ਕੀ ਗੱਲ ਹੋਈ ਹੈ? ਜੀ ਸਾਡੇ ਵਿਆਹ ਸੀਗਾ ਜੀ, ਮੇਰੇ ਭਰਾ ਦਾ, 4 ਦਿਨ ਹੋ ਗਏ ਜੀ। ਅਸੀਂ
ਇੱਥੇ ਮੰਨ ਲਓ ਸਰਕਾਰੀ ਹਸਪਤਾਲ 'ਚ ਦਾਖਲ ਕੀਤਾ, ਸਾਡੇ ਪੰਜ ਮਰੀਜ਼ ਹੈਗੇ ਆ, ਨਾ ਤਾਂ ਸਾਡੇ ਜੀ ਇੱਥੇ ਡਾਕਟਰ ਸੁਣਦੇ ਪਏ ਜੀ, ਅਤੇ ਨਾ ਜੀ ਸਾਡੇ ਇੱਥੇ ਮੰਨ ਲਓ ਕੋਈ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ। ਕੀ ਗੱਲ ਕੀ ਹੋਈ ਸੀ ਜੀ? ਗੱਲ ਜੀ ਬਸ ਮੁੰਡੇ ਆਏ ਬਾਹਰੋਂ, ਅਤੇ ਉਹਨਾਂ ਨੇ ਆ ਕੇ ਸਾਡੇ ਇੱਥੇ ਭਾਂਡੇ ਪਏ ਜੀ ਬਾਹਰ, ਉਹਨਾਂ ਨੇ ਤੋੜ ਫੋੜ ਕੀਤੀ ਅਤੇ ਬਸ ਆ ਕੇ ਸਾਡੇ ਗੱਲ ਪੈ ਗਏ ਜੀ। ਹੁਣ ਕੀ ਮੰਗ ਕਰ ਰਹੇ ਹੋ ਜੀ? ਮੰਗ ਇਹ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ, ਸਾਡੀ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ ਜੀ, ਕੋਈ ਕਾਰਵਾਈ ਨਹੀਂ ਕੀਤੀ ਜੀ, ਅਤੇ ਸਾਨੂੰ ਤਾਂ ਇਨਸਾਫ਼ ਚਾਹੀਦਾ। ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਸੀ? ਹਾਂਜੀ। ਕਿਹੜੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਤੁਸੀਂ? ਇੱਥੇ ਅਰਨੀ ਵਾਲੀ ਦਿੱਤੀ ਸੀ। ਅੱਛਾ, ਕੋਈ ਨਹੀਂ ਆਇਆ ਬਿਆਨ ਵਗੈਰਾ ਲੈਣ? ਕੋਈ ਨਹੀਂ ਜੀ। ਹੁਣ ਕੀ ਮੰਗ ਕਰ ਰਹੇ ਹੋ ਤੁਸੀਂ? ਹੁਣ ਇਹੀ ਮੰਗ ਕਰਦੇ ਹਾਂ ਜੀ, ਸਾਨੂੰ ਇਨਸਾਫ਼ ਚਾਹੀਦਾ।